ਲੇਕਿਨ ਤੇਰੀ ਵੀ ਕੋਸ਼ਿਸ਼ ਹੋਣੀ ਚਾਹੀਦੀ ਹੈ ਨਾ ਕਿ ਕੀ ਕਹਿੰਦੇ ਨੇ ਸਾਰੇ ਘਰ ਦੇ ਖਰਚਾ ਦਾ ਜਾਂ ਤੂੰ ਆਪਣੇ ਤਰੀਕੇ ਘਰ ਨਾਲ ਆਪਣੀ ਜਾਂ ਜ਼ਰੂਰਤਾਂ ਮਹਿਦੂਦ ਕਰ। 2 ਸਾਲ ਹੋ ਗਏ ਨੇ, ਦੇਖੋ ਮੈਂ ਕੱਪੜੇ ਤੱਕ ਨਹੀਂ ਬਣਾਏ ਗਏ। ਅੱਛਾ, ਤੇ ਰੌਲਾ ਤੇ ਸਾਰਾ ਕੱਪੜਿਆਂ ਦਾ ਹੀ ਹੋਇਆ ਹੈ ਤੇ 2 ਸਾਲ ਹੋ ਗਏ ਤੈਨੂੰ ਕੱਪੜੇ ਨਹੀਂ ਬਣਾਏ, ਤੂੰ ਇਹੀ ਸੂਟ ਪਾਇਆ ਹੁਣ ਤੱਕ ਤੇ ਤੈਨੂੰ ਬਿਹਤਰੀ ਕਰਾਉਣੀ ਚਾਹੀਦੀ। ਬਿਹਤਰੀ ਕਿਹੜੀ ਹੋਈ ਹੈ, ਪਿੱਛੇ ਵੇਖੋ ਸੇ ਆਦੇ ਹੋ ਮੇਰੇ ਨਹੀਂ ਖਾਦੇ ਕਦੇ ਖਾਣੇ ਕੱਪੜੇ ਪਾਏ ਨੇ। ਬਜ਼ਾਰੋਂ ਪਾਊਡਰ ਮਿਲਦਾ 10 ਰੁਪਏ ਦਾ, ਆਪਣੇ ਪਿੰਡ ਤੇ ਛਿੜਕ ਕੇ 100 ਉੱਤੇ ਬਰਫ ਲੈ ਵੀ ਆਂਦੀ, ਉੱਥੇ ਆਰਾਮ ਨਾਲ ਰਾਤ ਨੂੰ ਪਾਣੀ 'ਚ ਘੋਲ ਕੇ ਪਿੰਡੇ ਤੇ ਲਾ, ਸਾਰੀ ਪਿੱਤ ਮਰ ਜਾਂਦੀ ਹੈ। ਅੱਲਾ ਕੇ ਨਾਮ ਪੇ ਦੇ ਬਾਬਾ। ਬਸ ਫਕੀਰ ਆਇਆ, ਮੈਂ 10 ਰੁਪਏ ਦਿਓ, ਮੈਂ ਫਕੀਰ ਨੂੰ ਦੇ ਦੇਵਾਂ। ਅੱਛਾ, ਨਾ ਤੂੰ ਰੱਖ ਲਈਏ ਤੇ ਨਾ ਮੰਗਣ ਵਾਲੇ ਰੱਖ ਲਈਏ। ਐ ਲੈ ਫੜ 10 ਰੁਪਏ। ਐ ਲੈ 10 ਰੁਪਏ ਤੇ ਜਾ ਕੇ ਮੇਰੇ ਬੰਦੇ ਵਾਸਤੇ ਦੁਆ ਕਰੀ, ਅੱਲਾ ਨੇ ਉਹਨੂੰ ਤਰੱਕੀ ਦੇਵੇ, ਠੀਕ ਹੈ। ਪਰ ਤੂੰ ਕਿਉਂ ਰੋ ਰਿਹਾ? ਮੈਂ ਤੇਰੇ ਬੰਦੇ ਲਈ ਦੁਆ ਨਹੀਂ ਕਰ ਸਕਦਾ ਬੀਬੀ। ਕੀ ਵਜ੍ਹਾ? ਮੈਂ ਵੀ ਇੱਕ ਮਾਮੂਲੀ ਜਿਹਾ ਕਲਰਕ ਹਾਂ, ਇਹ ਤੇ ਮੇਰਾ ਪਾਰਟ ਟਾਈਮ ਜੌਬ ਹੈ। ਹੈ?